ਖਾ ਕੇ 2 ਮਿੰਟ 'ਚ ਬਾਹਰ ਗਿਆ ਏ ਬਾਹਰ ਜਾਣ ਨਾਲ ਮੁੰਡਾ ਮੈਨੂੰ ਪੁੱਛਦਾ ਮੇਰਾ ਵੱਡਾ ਅਤੇ ਡੈਡੀ ਮੁੰਡਾ ਕਿੱਥੇ ਗਿਆ ਮੈਂ ਬੇਟਾ ਬਾਹਰ ਨਹੀਂ ਗਿਆ ਜੀ ਉਹ ਇਹਦੇ ਮਗਰ ਹੀ ਚਲ ਗਿਆ ਮਗਰ ਜਾਣ ਨਾਲ ਇਹ ਉੱਚਰਾਂ ਨੂੰ ਖੂਹ ਕਿੱਥੇ ਪਹੁੰਚ ਗਿਆ ਲਾਈ ਰੱਬ ਜਾਣੇ 25 ਜਾਂ 30 ਕੀਤਾ ਇਹਨਾਂ ਨੇ ਇਹ ਸਿੱਧਾ ਹੀ ਜਾਲ ਵਿੱਚ ਪਿਆ ਕਿੰਨੇ ਕੁ ਵਜੇ ਦੀ ਗੱਲ ਆ ਇਹ 7:30 ਵਜੇ ਦੀ ਗੱਲ ਰੱਬ ਫਿਰ ਕੀ ਹੋਇਆ ਜੀ ਅਤੇ ਫਿਰ ਉਸ ਤੋਂ ਬਾਅਦ ਮੁੰਡਿਆਂ ਨੇ ਮੁੰਡਾ ਮੇਰਾ ਆਇਆ ਘਰ ਦੌੜਾ ਗਿਆ ਉਹਨੇ ਕਿਹਾ ਡੈਡੀ ਮੁੰਡਾ ਡਿੱਗ ਗਿਆ ਖੂਹ ਦੇ ਵਿੱਚ ਅਸੀਂ ਸਾਰਾ ਪਿੰਡ ਸਾਰਾ ਇਕੱਠਾ ਹੋ ਗਿਆ ਅਤੇ ਮੈਂ ਦੌੜਦਾ ਹੀ ਮੈਂ ਖੂਹ ਵੱਲ ਗੇੜਾ ਮਾਰ ਕੇ ਮੈਂ ਦੌੜਦਾ ਰੱਸਾ ਲੈਣ ਗਿਆ ਰੱਸਾ ਲਿਆ ਕੇ ਖੂਹ 'ਚ ਸੁੱਟਿਆ ਅਤੇ ਨਾਲ ਬੰਨ੍ਹ ਕੇ ਅਤੇ ਉੱਥੋਂ ਫਿਰ ਮੁੰਡਾ ਵਿੱਚ ਤਾਰਿਆ ਜਿਨ੍ਹਾਂ ਦਾ ਖੂਹ ਹੈ ਉਹਨਾਂ ਦਾ ਮੁੰਡਾ ਵਿੱਚ ਉਤਰਿਆ ਜੀ ਸਾਡੇ ਕੋਲ ਕੱਲ੍ਹ ਰਾਤੀ 10 ਵਜੇ ਦੇ ਕਰੀਬ ਪ੍ਰਦੀਪ ਬੱਚਾ ਜਿਹੜਾ 3 ਸਾਲ ਦੀ ਏਜ ਹੈ ਮੈਰਾ ਪਿੰਡ ਦਾ ਰਹਿਣ ਵਾਲਾ ਸਾਡੇ ਕੋਲ ਰਾਤੀ 10 ਵਜੇ ਇੱਥੇ ਖੂਹ ਦੇ ਵਿੱਚ ਡਿੱਗਣ ਦੇ ਕਾਰਨ ਸਾਡੇ ਕੋਲ ਪਹੁੰਚਿਆ ਜਿਹਦੇ ਕਿ ਸਿਰ ਦੇ ਉੱਤੇ ਔਰ ਪੱਟ 'ਤੇ ਸੱਟ ਲੱਗੀ ਸੀਗੀ ਜਿਹਦਾ ਅਸੀਂ ਤਰੀਕੇ ਨਾਲ ਇਲਾਜ ਕਰਨ ਤੋਂ ਬਾਅਦ ਵਿੱਚ ਬੱਚੇ ਦੀ ਰਿਕਵਰੀ ਅੱਛੀ ਹੋਈ ਹੈ ਔਰ ਸਟੇਬਲ ਹੈ ਬੱਚਾ ਹੁਣ ਅਸੀਂ ਉਹਨੂੰ ਘਰ ਭੇਜ ਰਹੇ ਹਾਂ ਡਿਸਚਾਰਜ ਕਰ ਰਹੇ ਹਾਂ ਔਰ ਬੱਚੇ ਦੀ ਜਾਨ ਨੂੰ ਮਤਲਬ ਬਚਾਅ ਹੋ ਗਿਆ ਕਿ ਉਹਨੂੰ ਛੇਤੀ ਉਹਦੇ ਘਰਦਿਆਂ ਨੇ ਉਹਦੀ ਭਾਲ ਕੀਤੀ ਔਰ ਉਹਨੂੰ ਛੇਤੀ ਉਹਦੇ ਟੋਏ ਦੇ ਵਿੱਚੋਂ ਕੋਈ 20-25 ਮਿੰਟ ਤੋਂ ਬਾਅਦ ਕੱਢ ਲਿਆ